हाँ जी, सत श्री अकाल जी। वेलकम थोड़ा साढ़े चैनल दे उत्ते। होप तुसी सारे जाने ठीक ठाक होंगे जी। लंबी स्टोरी है तो शॉर्ट दे विच सुनाऊंगा। जिद्दन अपना प्रोग्राम सेगा उद्दन अपने के बी बराड भाजी हुणी शूट कर रहे सीगे। उन्हां को डाटा लेना सीगा उसे नाइट ही कि नैक्सट डे मैं व्लॉग पा सकां ना, ते अपने सारी जिनी ऑडियंस आ अपनी फैमिली रिश्तेदार इंडिया बैठे आ जां होर भी कंट्रियां च बैठे आ ना, सो अपना प्रोग्राम दे सकां ते इंजॉय कर सकण ना। पर वो नाइट मिस हो गया। काम लाइक कह लो कि बहुत कुछ सी पर एंड जै तो मिस हो गया, थोड़ा जहा काम शुरू हो गया तो भुल गया है ना। सो समझ गए होने तुसीं। तो एनीवे जिहड़ा फर्स्ट साडा व्लॉग आया सीगा ना, तो भाजी रहिंदे 3 घंटे दूर फ्रिज नूं, ड्राइव करो तो 3 घंटे जाण तो 3 घंटे आउण ना, काफ़ी टाइम निकल जाता है ना। तो अज की जिहड़ी मेरा व्लॉग है ये इहदे विच लाइक परफॉर्मेंस तो थोड़ा जहा होर भी होगा, पर जिहड़ा तीजा व्लॉग आना वा ना, ट्राई है कि दूजे ब्लॉग से सारा कुछ होगा, नहीं तो तीजे ब्लॉग के ए टू जैड होगा सारा कुछ। स्पैशल के बी बराड भाई का थैंक यू कि वो मेरे लिए उतो फ्लाई करके आ रहे हैं। के बी बराड साहब आ गए, उन्होंने इजाज है आई थिंक सो, जब तक मैं इन श्योर हाँ जून दे लो S23 का जून है। स्पेशल लगता दिते होने चाब गतूबियां दित्तियां होनियां इन्हां दियां ओके 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 बस वधिया जी। स्पेशल थैंक्स आ तुहाडे लई। ਕਿਵੇਂ ਹੋ ਜੀ? ਠੀਕ ਠਾਕ ਹੋ? ਹਾਂ ਨਜ਼ਾਰਾ ਮੈਂ ਕਹਿੰਦਾ ਜੀ ਬਹੁਤ ਵਧੀਆ ਵਧੀਆ। ਥੈਂਕ ਯੂ ਜੀ, ਥੈਂਕ ਯੂ ਸਪੈਸ਼ਲ ਫਲਾਈ ਕਰਨ ਲਈ। ਸੋ ਬਹੁਤ ਬਹੁਤ ਧੰਨਵਾਦ। ਸਪੈਸ਼ਲ ਥੈਂਕਸ ਭਾਜੀ ਦਾ ਵਾ ਕਿ ਭਾਜੀ ਹੁਣੀ ਫਲਾਈ ਕਰਕੇ ਉੱਥੋਂ ਆਇਆ, ਸੋ ਮੇਰਾ ਟਾਈਮ ਕਾਫੀ ਬਚ ਗਿਆ ਵਾ, ਤੇ ਬਾਕੀ ਜਿਹੜੇ ਰਿਸ਼ਤੇਦਾਰ ਗੁੱਸੇ ਹੋਏ ਸੀਗੇ ਹੁਣ ਉਹਨਾਂ ਨੂੰ ਵੀ ਖੁਸ਼ ਕਰ ਲੈਣਾ ਵਾ। ਸੋ ਉਦਾਂ ਆਪਾਂ ਨੂੰ ਲੇਟ ਮੈਣੀਆਂ 5-6 ਵੀਕ ਤੱਕ ਮੈਣੀਆਂ ਹੈਗੀਆਂ, ਪਰ ਭਾਜੀ ਨੂੰ ਰਿਕੁਐਸਟ ਤੇ ਫਿਰ ਭਾਜੀ ਕਹਿੰਦੇ ਇਟਸ ਓਕੇ ਯਾ ਫਲਾਈ ਕਰ ਲੈਣਾ ਵਰਜਨ ਤੁਸੀਂ ਦੇਖ ਲੈਣਾ ਬਹੁਤ ਜਲਦੀ। ਹਾਂਜੀ, ਤੇ ਜਿਹੜੀ ਫਿਨਿਸ਼ਡ ਫਿਲਮ ਹੈ ਉਹ ਵੀ ਤੁਹਾਨੂੰ ਬਹੁਤ ਜਲਦੀ ਦਿਖਾਵਾਂਗੇ। ਹਾਂਜੀ, ਉਹ ਵੀ ਐਨ YouTube ਤੇ ਪਾਵਾਂਗੇ, ਉਹ ਐਨ ਉਹ ਭਾਜੀ ਦਾ ਵਰਕ ਹੋਣਾ ਜਿਹੜਾ ਹੁਣ ਵਰਕ ਤੁਸੀਂ ਦੇਖ ਰਹੇ ਆ ਹੈਗਾ ਵੀ ਭਾਜੀ ਦੇ ਵਰਕ ਆ, ਪਰ ਇਹ ਲਾਈਕ ਕਹ ਲਓ ਕਿ ਉਹ ਕੁਆਲਿਟੀ ਨਹੀਂ ਹੈਗੀ, ਪਰ ਜਿਹੜਾ ਐਂਡ ਤੇ ਆਉਣਾ ਵਾ ਉਹ ਬਿਲਕੁਲ ਭਾਜੀ ਦਾ ਹੀ ਐਂਡ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਐਵੇਂ ਐਂਡ ਤੱਕ ਆ। ਥੈਂਕ ਯੂ ਜੀ, ਜੀ ਬਹੁਤ ਇੰਜੋਏ। ਓਕੇ ਜੀ, ਥੈਂਕ ਯੂ ਭਾਜੀ ਬਹੁਤ ਬਹੁਤ। ਸਾਡੇ ਵੱਲੋਂ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਉਹ ਅੱਜ ਸੁਖਸ਼ਾਂਤ ਸਿੰਘ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਸੁਖਸ਼ਾਂਤ ਸਿੰਘ ਦੇ ਜਨਮਦਿਨ ਦੀ ਪਾਰਟੀ ਹੋ ਰਹੀ ਆ, ਬੜੀ ਖੁਸ਼ੀ ਦੀ ਗੱਲ ਹੈ। ਸਾਡਾ ਵੀ ਜੀ ਚਾਹੁੰਦਾ ਸੀ ਕਿ ਅਸੀਂ ਪਾਰਟੀ ਵਿੱਚ ਸ਼ਾਮਿਲ ਹੋਈਏ, ਪਰ ਘਰਾਂ ਦੀਆਂ ਕੁਝ ਮਜਬੂਰੀਆਂ ਹੋਣ ਕਾਰਨ ਅਸੀਂ ਆ ਨਹੀਂ ਸਕੇ। ਸੋ ਸਾਡੇ ਵੱਲੋਂ ਸਾਰੇ ਪਰਿਵਾਰ ਵੱਲੋਂ ਇੱਥੇ ਸਾਰੇ ਪਰਿਵਾਰ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਮੁਬਾਰਕਾਂ। ਸੁਖਸ਼ਾਂਤ ਸਿੰਘ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾ 'ਚ ਰੱਖੇ, ਵਿੱਦਿਆ ਦਾ ਦਾਨ ਬਖਸ਼ੇ ਤੇ ਲੰਬੀ ਲੰਬੀ ਪਰਮਾਤਮਾ ਉਮਰ ਕਰੇ। ਸਤਿ ਸ਼੍ਰੀ ਅਕਾਲ, ਆਮੇਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਤੋਂ ਬਹੁਤ ਬਹੁਤ ਵਧਾਈਆਂ ਜਨਮਦਿਨ ਪਾਰਟੀ ਦੀਆਂ। ਸਰਪ੍ਰਾਈਜ਼ ਦੇ ਦਿੱਤਾ ਮੰਮੀ, ਸਰਪ੍ਰਾਈਜ਼ ਰੱਖੇ ਪਰਮਾਤਮਾ, ਖੁਸ਼ੀਆਂ ਭਰਿਆ ਸਾਲ ਲਾ ਲਿਆਵੇ ਪਰਮਾਤਮਾ। ਸਾਡੇ ਤੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜਨਮਦਿਨ। Happy birthday to you, Sukshan. Happy birthday to you. Many many blessings to you, Sukshan. Sukshan, for today, thank you very 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 much. Thank you, dear dear. My son, you are my favorite. ਤੇ ਸੁਖਸ਼ਾਂਤ ਦੇ ਮੰਮੀ ਪਾਪਾ ਨੂੰ ਵੀ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ। ਸਾਰੀ ਧਰਤੀ ਫੈਮਿਲੀ ਨੂੰ ਸੁਖਸ਼ਾਂਤ ਦੇ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ। ਮਿਸ ਯੂ ਆਲ, ਆਈ ਲਵ ਯੂ ਸੁਖਸ਼ਾਂਤ ਪਾਪਾ, ਮੁਮਾ, ਬਾਏ ਬਾਏ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸ਼ਾਮ ਦਾ ਬਰਥਡੇ ਹੈ, ਲੱਖ ਲੱਖ ਮੁਬਾਰਕਾਂ ਰੱਬ ਨੂੰ ਲੰਮੀ ਉਮਰ ਦੇਵੇ। ਪ੍ਰੋੜਾ ਜ਼ਿਆਦਾ ਹੋਇਆ ਲੱਗਦਾ। ਠੀਕ ਹੈ ਜੀ, ਓਕੇ। हेलो सुखशांत पुत, सत श्री अकाल। हैप्पी बर्थडे टू यू, हैप्पी बर्थडे टू यू, हैप्पी बर्थडे टू यू। शादी कौन है? बहुत बहुत बधाइयां सुखजन।
ਜਸਵਿੰਦਰ ਸੰਦੀਪ ਤੁਹਾਨੂੰ ਸੌਰੀ ਸਾਡੇ ਕੋ ਆਇਆ ਨਹੀਂ ਗਿਆ ਸ਼ਾਨੇ ਕੌਣ ਆ ਅਸੀਂ ਤੁਹਾਨੂੰ ਬਹੁਤ ਮਿਸ ਕਰਦੇ ਤਾਇਆ ਤਾਂ ਹੀ ਸਾਰੀ ਫੈਮਿਲੀ ਨੂੰ ਸਾਰੀ ਤੇਸੀ ਫੈਮਿਲੀ ਨੂੰ ਬਹੁਤ ਬਹੁਤ ਜ਼ਿਆਦੀਆਂ ਵਧਾਈਆਂ ਬਹੁਤ ਬਹੁਤ ਵਧਾਈਆਂ ਸੁਖਸ਼ਾਨ ਬਹੁਤ ਮਿਸ ਕਰਦੇ ਆ ਆਮ ਸੌਰੀ ਸਾਡੇ ਕੋ ਨਹੀਂ ਆਇਆ ਗਿਆ ਤੇਰਾ ਗਿਫਟ ਪੈਂਡਿੰਗ ਆ ਹੁਣ ਤੂੰ ਜਦੋਂ ਆਇਆ ਹਨਾ ਫਿਰ ਉਹ ਲੈ ਕੇ ਜਾਈਏ ਅੱਛਾ ਸਾਡੇ ਵੱਲੋਂ ਇੱਕ ਵਾਰੀ ਫੇਰ ਬਹੁਤ ਬਹੁਤ ਜ਼ਿਆਦੀਆਂ ਵਧਾਈਆਂ I'm sorry ਅਸੀਂ ਨਹੀਂ ਆ ਸਕੇ ਪਰ ਅਸੀਂ ਬਹੁਤ ਜ਼ਿਆਦਾ ਮਿਸ ਕਰਦੇ ਆ I love you ਮੁਆ ਸ਼ਾਨੇ ਮੇਰਾ ਛੋਟਾ ਪੁੱਤ ਮੇਰਾ ਛੋਟਾ ਬਾਏ ਬਾਏ ਸਿਕਸ਼ਾਨ ਬੱਲੇ ਬੱਲੇ ਦੂਰ ਕਰਕੇ ਸਰਪ੍ਰਾਈਜ਼ ਕਰਨਾ ਤਾਂ ਹੈ ਇੰਡੀਆ ਤੇ ਮੈਂ ਕਿਹਾ ਵੀ ਇੱਕ ਵਾਰੀ ਦੱਸ ਦੇਵਾਂ ਤੁਹਾਨੂੰ ਸਾਰਿਆਂ ਨੂੰ ਕੁਛ ਫੈਮਿਲੀ ਮੈਂਬਰਾਂ ਨੂੰ ਤਾਂ ਆਪਣਿਆਂ ਨੂੰ ਪਤਾ ਹੀ ਹੈਗਾ ਵੀ ਮੇਰੇ ਮੋਮ ਡੈਡ ਸੀਗੇ ਇਹ ਮੈਂ ਕਿਹਾ ਦੂਜੇ ਮੈਂਬਰ ਆ ਉਹ ਦੇਖ ਦਿਓ ਵੀ ਇਹ ਕਿਹੜੀਆਂ ਵੀਡੀਓ ਚੱਲ ਰਹੀਆਂ ਸੋ ਪਹਿਲੋਂ ਮੇਰੇ ਮੋਮ ਡੈਡ ਸੀ ਬਾਅਦ 'ਚ ਮੇਰੀ ਸਿਸਟਰ ਅਤੇ ਉਹਨਾਂ ਦੇ ਹਸਬੈਂਡ ਅਤੇ ਬਾਅਦ 'ਚ ਮੇਰੇ ਕਜ਼ਨ ਤਾਇਆ ਜੀ ਦਾ ਮੁੰਡਾ ਭੱਟਾ ਅਤੇ ਉਹਨਾਂ ਦੀ ਵਾਈਫ ਅਤੇ ਵਧੀਆ ਸਰਪ੍ਰਾਈਜ਼ ਦਿੱਤਾ ਹੁੰਦਾ ਸੰਦੀਪ ਨੇ ਥੈਂਕ ਯੂ
ਕੀ ਰਹਿ ਗਿਆ? ਆਏ ਡਾਇਲੌਗ ਆ ਗੱਲ ਨਾ ਮੇਰੀਆਂ ਅੱਖਾਂ ਚੱਖਾਂ ਪਾ ਕੇ ਕਹਿ। ਮੈਂ ਤਾਂ ਨਹੀਂ ਕਹਿ ਹੋਣੀ ਯਾਰ, ਮੈਨੂੰ ਕਦੇ ਕਦੇ ਐ ਲੱਗਦਾ ਕਿ ਤੂੰ ਕੁੜੀ ਆ ਤੇ ਮੈਂ ਮੁੰਡਾ। ਜੈਲਸੀ ਦੀ ਕਰਦੀਆਂ ਵੇ ਤੇ ਜੋ ਸਰਦੀਆਂ ਤੇ ਨਾਲ ਫੋਟੋਆਂ ਕਰਾਉਣ ਜੋ ਸੁਣ ਓਕੇ ਜੀ, ਥੈਂਕ ਯੂ ਭਾਅ ਜੀ ਬਹੁਤ ਬਹੁਤ। ਬੈਕ ਸਾਈਡ ਭਾਅ ਜੀ ਦੱਸਣਾ, ਸੋ
Thank you, everybody. Thank you again. Here you go.